जी सत श्री अकाल ते नाले जिहड़ी तुहाडी हुण ड्यूटी बणदी आ चैनल नूं सबसक्राइब कर दो एदां उंगल मार के नाले बैल आइकोन बणिया होया घंटी जिही उहदे ते भी मार दो क्योंकि जदों कोई नवीं चीज़ असीं होर पाई तां तुहानूं नाल दी नाल नोटिफिकेशन आ जू असीं कुछ अखबारां विच खबरां पढ़ियां सीआं कि बंबई दे विच इक आनंद कारज होया हैगा सोनम कपूर बॉलीवुड अदाकार अते आनंद अहुजा परिवारां दे विच ते उत्थे जो उहनां दी जो शरदा सी गुरु घर दे विच सीगी ते इह तां बहुत वधिया गल है कि उन्होंने आनंद कारज गुरु घर विच कीता हैगा उन्हां परिवार की शरदा सीगी लेकिन जिहड़े साडे पंथक नुमाइंदे रागी सिंह ते साडे साबका हैड ग्रंथी भाई जसविंदर सिंह दरबार साहब दे ते अरदासी सिंह उत्थे पहुंचे हुए सन पूरी टीम लैके पर उत्थे उन्हां दी जिम्मेवारी बनदी हुंदी है रागी सिंघां दी ते ग्रंथी सिंघां दी जो भी गुरु घर की मर्यादा होवे उन्हूं जाणू कराना कि उन्हां परिवार नूं कोई पता नहीं हुंदा कि इत्थे की मर्यादा हुंदी है ते इन्हां दी ड्यूटी बनदी है कि असीं पहला संगत नूं जां बच्चे बच्ची नूं अपनी मर्यादा तों जाणू कराइए ताँ कि कोई भी गलती ना होवे ते पंथ विच इक मर्यादा है सिख रहत विच मर्यादा विच भी लिखिया होया है कि जदों भी बच्ची बच्चे दे आनंद कारज कराए जाण ਤਾਂ ਜਦੋਂ ਵੀ ਉਹ ਪ੍ਰਵੇਸ਼ ਹੁੰਦੇ ਹਨ ਦਰਬਾਰ ਦੇ ਵਿੱਚ ਉਹਨਾਂ ਦੀ ਕਲਗੀ ਜਾਂ ਸ਼ੇਰਾ ਵਗੈਰਾ ਤਾਂ ਹੋਰ ਹੀ ਮੁਕਟ ਵਗੈਰਾ ਜੋ ਵੀ ਲਗਾਇਆ ਹੋਵੇ ਉਹਨੂੰ ਉਤਾਰਿਆ ਜਾਂਦਾ ਹੈ ਅਤੇ ਇੱਥੇ ਇੱਕ ਦੇਖਣ ਨੂੰ ਆਇਆ ਹੈ ਅਖਬਾਰਾਂ ਦੇ ਵਿੱਚ ਕਿ ਲੜਕੇ ਦੇ ਜੋ ਆਨੰਦ ਅਹੂਜਾ ਹੈ ਉਹਦੇ ਜਿਹੜੀ ਕਲਗੀ ਲੱਗੀ ਹੋਈ ਹੈ ਚਾਰੇ ਲਾਵਾਂ ਕਲਗੀ ਲੱਗੀ ਹੋਈ ਉਹਨਾਂ ਨੇ ਨਿਭਾਈਆਂ ਹਨ ਸੋ ਇਹ ਪਰਿਵਾਰ ਦੀ ਗਲਤੀ ਨਹੀਂ ਹੈਗੀ ਇਹ ਉੱਥੇ ਜਿਹੜੇ ਗ੍ਰੰਥੀ ਸਿੰਘ ਪਹੁੰਚੇ ਹਨ ਜਾਂ ਰਾਗੀ ਸਿੰਘ ਪਹੁੰਚੇ ਹਨ ਉਹਨਾਂ ਦੀ ਗਲਤੀ ਬਣਦੀ ਕਿ ਜ਼ਿੰਮੇਵਾਰ ਸੰਸਥਾ ਵੱਲੋਂ ਗਏ ਹਨ ਉਹ ਇੱਕ ਮਾਮੂਲੀ ਆਮ ਕਿਸੇ ਗੁਰਦੁਆਰੇ ਦੇ ਉਹ ਡਿਊਟੀ ਵਾਲੇ ਨਹੀਂ ਸਨ ਉਹਨਾਂ ਨੇ ਇੱਕ ਜ਼ਿੰਮੇਵਾਰ ਸੰਸਥਾ ਦੀ ਨੁਮਾਇੰਦਗੀ ਕੀਤੀ ਆ ਅਤੇ ਉਹਨਾਂ ਨੂੰ ਚਾਹੀਦਾ ਸੀ ਕਿ ਇਹ ਜਿਹੀਆਂ ਜਿਹੜੀਆਂ ਗਲਤੀਆਂ ਹਨ ਉਹ ਆ ਪਹਿਲਾਂ ਦੱਸਣ ਸੰਗਤ ਵਿੱਚ ਅਤੇ ਬੱਚੇ ਬੱਚੀ ਨੂੰ ਜਾਣੀ ਕਰਾਉਣ ਉਹ ਤੋਂ ਬਾਅਦ ਆਨੰਦ ਕਾਰਜ ਜਿਹੜਾ ਉਹ ਕੀਤਾ ਜਾਵੇ ਸੋ ਇਹ ਜਿਹੜੀ ਸ਼੍ਰੋਮਣੀ ਕਮੇਟੀ ਆ ਇਹਦੀ ਪੂਰੀ ਜ਼ਿੰਮੇਵਾਰੀ ਬਣਦੀ ਆ ਉਹਦੇ ਨੁਮਾਇੰਦਿਆਂ ਦੀ ਜ਼ਿੰਮੇਵਾਰੀ ਬਣਦੀ ਆ ਅਤੇ ਜੇ ਤਾਂ ਇੱਕ ਆਮ ਬੰਦਾ ਕੋਈ ਗਲਤੀ ਕਰਦਾ ਹੈ ਜਿਹੜਾ ਇਹਨਾਂ ਦਾ ਵਫ਼ਾਦਾਰ ਨਾ ਹੋਵੇ ਉਹਦੇ ਤਾਂ ਫਟਾਫਟ ਇਹ ਐਕਸ਼ਨ ਲੈ ਲੈਂਦੇ ਹਨ ਲੇਕਿਨ ਜਦੋਂ ਕੋਈ ਇਹਨਾਂ ਦਾ ਵਫ਼ਾਦਾਰ ਬੰਦਾ ਉਹ ਭਾਵਾਂ ਜਹੇਦਾਰਾਂ ਦਾ ਵਫ਼ਾਦਾਰ ਹੋਵੇ ਜਾਂ ਬਾਦਲ ਪਰਿਵਾਰ ਦਾ ਵਫ਼ਾਦਾਰ ਹੋਵੇ ਉਹ ਕਿੱਡੀ ਵੱਡੀ ਵੀ ਗਲਤੀ ਕਰੇ ਉਹਦੇ ਵਿਰੁੱਧ ਸ਼ਿਕਾਇਤਾਂ ਵੀ ਕੀਤੀਆਂ ਜਾਣ ਲੇਕਿਨ ਕੋਈ ਵੀ ਐਕਸ਼ਨ ਨਹੀਂ ਲਿਆ ਜਾਂਦਾ ਸੋ ਇਸ ਕਰਕੇ ਸੰਗਤ ਨੂੰ ਸੁਚੇਤ ਹੋਣ ਦੀ ਲੋੜ ਹੈ ਜੇ ਇਹੋ ਜਿਹੀਆਂ ਗਲਤੀਆਂ ਇਹ ਕਰਨਗੇ ਤਾਂ ਬਾਕੀ ਜਿਹੜਾ ਸਿੱਖ ਸਮਾਜ ਦਾ ਕੀ ਬਣੂਗਾ ਸੋ ਇਸ ਕਰਕੇ ਸਾਰੇ ਹੀ ਦੋਸ਼ੀ ਹਨ ਇਹਨਾਂ ਨੂੰ ਵੀ ਜਿਹੜੀ ਕੋਈ ਨਾ ਕੋਈ ਜਿਹੜੀ ਸਜ਼ਾ ਮਿਲਣੀ ਚਾਹੀਦੀ ਹੈ ਪੰਥ ਦੇ ਵਿੱਚ ਇਹਨਾਂ ਨੂੰ ਪੇਸ਼ ਹੋਣਾ ਚਾਹੀਦਾ ਅਕਾਲ ਤਖਤ ਦੇ ਜਥੇਦਾਰ ਨੂੰ ਐਕਸ਼ਨ ਲੈਣਾ ਚਾਹੀਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਾਰੀਆਂ ਸਿੱਖ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਦਿਨ ਬਾ ਦਿਨ ਜਦੋਂ ਅਸੀਂ ਦੇਖਦੇ ਹਾਂ ਸੋ ਬਹੁਤ ਸਾਰੀਆਂ ਜਿਹੜੀਆਂ ਸਾਡੀ ਮਰਿਆਦਾ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਨੇ ਸੋ ਇੱਕ ਧੱਜੀ ਜਿਹੜੀ ਉਡਾਈ ਗਈ ਆ ਬੰਬੇ ਦੇ ਵਿੱਚ ਜੋ ਸੋਨਮ ਕਪੂਰ ਫਿਲਮ ਐਕਟਰ ਹੈ ਅਤੇ ਆਨੰਦ ਅਹੂਜਾ ਦੇ ਨਾਲ ਉਸ ਦਾ ਆਨੰਦ ਕਾਰਜ ਹੋਇਆ ਸੋ ਬੜੀ ਮੰਦਭਾਗੀ ਘਟਨਾ ਹੈ ਕੋਈ ਚੰਗੀ ਘਟਨਾ ਨਹੀਂ ਹੈ ਕਿਉਂਕਿ ਜਦੋਂ ਸਾਡੇ ਕੌਮ ਦੇ ਜਿਹੜੇ ਨੁਮਾਇੰਦੇ ਨੇ ਉਹੀ ਮਰਿਆਦਾ ਦਾ ਘਾਣ ਕਰਨਗੇ ਤਾਂ ਹੋਰ ਅਸੀਂ ਕਿਸੇ ਨੂੰ ਕੀ ਕਹਿ ਸਕਦੇ ਹਾਂ ਇਸ ਲਈ ਅਜਿਹੀਆਂ ਜਿਹੜੀਆਂ ਕੁਝੀਆਂ ਹਰਕਤਾਂ ਨੇ ਉਹਨਾਂ ਤੋਂ ਸਾਡੇ ਕੌਮ ਦੇ ਨੁਮਾਇੰਦਿਆਂ ਨੂੰ ਜਿਹੜਾ ਬਾਜ ਆਉਣਾ ਚਾਹੀਦਾ ਕਿਉਂਕਿ ਇੱਕ ਤਾਂ ਉਹ ਇਨਸਾਨ ਹੁੰਦਾ ਜਿਹੜਾ ਅਣਜਾਣ ਹੁੰਦਾ ਅਤੇ ਇੱਕ ਉਹ ਇਨਸਾਨ ਹੈ ਜਿਹੜਾ ਜਾਣ ਬੁੱਝ ਕੇ ਅਜਿਹੀਆਂ ਜਿਹੜੀਆਂ ਰੀਤਾਂ ਨੂੰ ਨਿਭਾਉਂਦਾ ਸੋ ਲੋੜ ਹੈ ਕਿ ਸਾਡੇ ਕੌਮ ਦੇ ਇਹਨਾਂ ਆਗੂਆਂ ਨੂੰ ਕਿ ਅੱਗੇ ਤੋਂ ਅਜਿਹੀਆਂ ਜਿਹੜੀਆਂ ਗੱਲਾਂ ਨੇ ਨਾ ਦੁਹਰਾਈਆਂ ਜਾਣ ਸੋ ਮੈਂ ਪੰਥ ਅੱਗੇ ਇਹ ਬੇਨਤੀ ਕਰਦਾ ਹਾਂ ਕਿ ਸਾਨੂੰ ਰਹਿਤ ਮਰਿਆਦਾ ਜੋ ਸਿੱਖ ਰਹਿਤ ਮਰਿਆਦਾ ਬਣਾਈ ਗਈ ਉਹ ਤੋਂ ਸੇਧ ਲੈਣੀ ਚਾਹੀਦੀ ਹੈ ਤਾਂ ਕਿ ਜੋ ਆਨੰਦ ਕਾਰਜ ਦੀ ਰੀਤੀ ਹੈ ਉਹਦੇ ਮੁਤਾਬਕ ਹੀ ਆਨੰਦ ਕਾਰਜ ਕੀਤੇ ਜਾਣ ਕਿਉਂਕਿ ਜਦੋਂ ਆਨੰਦ ਕਾਰਜ ਹੁੰਦਾ ਹੈ ਤਾਂ ਉਹਦੇ ਵਿੱਚ ਜਿਹੜਾ ਵੀ ਲਾੜਾ ਹੁੰਦਾ ਹੈ ਉਹਦੀ ਜਿਹੜੀ ਕਲੰਗੀ ਹੈ ਉਹ ਨਹੀਂ ਲਾਉਣੀ ਚਾਹੀਦੀ ਉਸ ਕਲਗੀ ਨੂੰ ਲਾਇਆ ਜਾਣਾ ਚਾਹੀਦਾ ਜਦੋਂ ਉਸ ਨੂੰ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਅੱਗੇ ਸਾਹਮਣੇ ਬਿਠਾਇਆ ਜਾਂਦਾ ਹੈ ਸੋ ਇਹਦੀ ਜਿਹੜੀ ਜ਼ਿੰਮੇਵਾਰੀ ਆ ਗ੍ਰੰਥੀ ਸਿੰਘ ਦੀ ਹੁੰਦੀ ਹੈ ਜਾਂ ਰਾਗੀ ਸਿੰਘਾਂ ਦੀ ਹੁੰਦੀ ਹੈ ਸੋ ਸਾਨੂੰ ਅਜਿਹੀਆਂ ਹਾਲਾਤਾਂ ਦੇ ਵਿੱਚ ਸਿੱਖ ਕੌਮ ਨੂੰ ਥੋੜ੍ਹਾ ਜਿਹਾ ਮਰਿਆਦਾ ਦੇ ਵੱਲ ਵੀ ਧਿਆਨ ਰੱਖਣਾ ਚਾਹੀਦਾ ਲੋੜ ਹੈ ਅੱਗੇ ਤੋਂ ਅਜਿਹੀਆਂ ਗਲਤੀਆਂ ਨਾ ਦੁਹਰਾਈਆਂ ਜਾਣ ਅਤੇ ਜਿਨ੍ਹਾਂ ਨੇ ਅਜਿਹੀਆਂ ਧੱਜੀਆਂ ਉਡਾਈਆਂ ਨੇ ਉਹਨਾਂ ਦੇ ਵਿਰੁੱਧ ਕਾਰਵਾਈ ਕੀਤੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇਕਰ ਸੱਚ ਬੋਲਣਾ ਸੱਚ ਲਿਖਣਾ ਬਗਾਵਤ ਹੈ ਤਾਂ ਸਮਝੋ ਅਸੀਂ ਬਾਗੀ ਹਾਂ ਸੱਚ ਅਤੇ ਹੱਕ ਦੀ ਆਵਾਜ਼ ਦੁਨੀਆ ਦੇ ਹਰ ਕੋਨੇ ਕੋਨੇ ਦੀ ਗੱਲ ਪੰਜਾਬ ਟੀਵੀ ਕਰੇਗਾ ਸੱਚ ਦਾ ਖੁਲਾਸਾ ਤੁਸੀਂ ਦੇਖਦੇ ਰਹੋ ਪੰਜਾਬ ਟੀਵੀ
सच अते हक दी आवाज़।